ਪੰਜਾਬੀ ਮਸ਼ਹੂਰ ਸਿੰਗਰ ਐਂਡ ਐਕਟਰ ਗੁਰਨਾਮ ਪੁੱਲਰ ਫਾਈਨਲੀ ਵਿਆਹ ਦੇ ਬੰਧਨ ਵਿੱਚ ਬੰਦ ਚੁੱਕੇ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਗੁਰਨਾਮ ਪੁੱਲਰ ਦੀ ਐਂਗੇਜਮੈਂਟ ਵੀਡੀਓ ਸਾਹਮਣੇ ਆਈ ਸੀ ਜਿਸ ਨੂੰ ਕਈ ਲੋਕ ਕਹਿ ਰਹੇ ਸਨ ਕਿ ਵੀਡੀਓ ਕਿਸੇ ਮੂਵੀ ਦੀ ਸ਼ੂਟਿੰਗ ਦੀ ਹੋ ਸਕਦੀ ਹੈ ਪਰ ਅਸਲ ਸੱਚਾਈ ਕੁਝ ਹੋ ਰਹੀ ਸੀ ਤੁਹਾਨੂੰ ਦੱਸ ਦਈਏ ਕੱਲ 19 ਨਵੰਬਰ ਦਿਨ ਐਤਵਾਰ ਨੂੰ ਗੁਰਨਾਮ ਪੁੱਲਰ ਫਾਜ਼ਿਲ ਕਵਿਖੇ ਵਿਆਹ ਦੇ ਬੰਧਨ ਵਿੱਚ ਬੱਜ ਗਏ ਹਾਲਾਂਕਿ ਉਹਨਾਂ ਨੇ ਆਪਣੇ ਵਿਆਹ ਦੀ ਕੋਈ ਵੀ ਅਪਡੇਟ ਆਪਣੇ ਫੈਨਸ ਦੇ ਨਾਲ ਸਾਂਝੀ ਨਹੀਂ ਸੀ ਕੀਤੀ ਪਰ ਫਿਰ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਮੈਰਿਜ ਦੀਆਂ ਕਈ ਪਿਕਸ ਐਂਡ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਹਾ ਹੀ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਗੁਰਨਾਮ ਪੁੱਲਰ ਦੇ ਚਾਹਣ ਵਾਲੇ ਇੱਕਦਮ ਹੈਰਾਨ ਹੋ ਜਾਂਦੇ ਨੇ ਇਥੋਂ ਤੱਕ ਕਿ ਕਈਆਂ ਨੂੰ ਤਾਂ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਗੁਰਨਾਮ ਪੁੱਲਰ ਦੀ ਮੈਰਿਜ ਸੱਚ ਵਿੱਚ ਹੋ ਚੁੱਕੀ ਹੈ ਜਿੱਥੇ ਕੁਝ ਕੁ ਫੈਨਸ ਉਹਨਾਂ ਨੂੰ ਸਵਾਲ ਕਰ ਰਹੇ ਨੇ ਉੱਥੇ ਹੀ ਬਾਕੀ ਦੇ ਫੈਨਸ ਉਹਨਾਂ ਨੂੰ ਉਹਨਾਂ ਦੇ ਵਿਆਹ ਦੇ ਲਈ ਵਧਾਈਆਂ ਦੇ ਰਹੇ ਨੇ ਤੁਸੀਂ ਸਕਰੀਨ ਉੱਪਰ ਤਸਵੀਰਾਂ ਦੇ ਵਿੱਚ ਗੁਰਨਾਮ ਪੁੱਲਰ ਦੀ ਵਾਈਫ ਵੇਖ ਸਕਦੇ ਹੋ ਹਾਲਾਂਕਿ ਗੁਰਨਾਮ ਪੁੱਲਰ ਆਪਣੀ ਹਰ ਇੰਟਰਵਿਊ ਦੇ ਵਿੱਚ ਵਿਆਹ ਦੀ ਰਾਇ ਨੂੰ ਹਮੇਸ਼ਾ ਨਕਾਰਦੇ ਆਏ ਹਨ ਪਰ ਇੱਕੋ ਦਮ ਉਹਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬਾਕੀ ਤੁਹਾਨੂੰ ਇਹ ਕਪਲ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਗੁਰਨਾਮ ਪੁੱਲਰ ਅਤੇ ਉਹਨਾਂ ਦੀ ਵਾਈਫ ਨੂੰ ਨਵੀਂ ਲਾਈਫ ਦੀ ਸ਼ੁਰੂਆਤ ਲਈ ਕੰਗ੍ਰੈਚੂਲੇਟ ਕਰਨਾ ਅਤੇ ਬਲੇਸਿੰਗਸ ਜਰੂਰ ਦੇਣੀਆਂ। ਐਂਡ ਗੁਰਨਾਮ ਪੁੱਲਰ ਦੇ ਵਿਆਹ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ।